ਡੇਢ ਵਜੇ ਦਾ ਠੀਕ ਹੈ ਗਿਆ ਪਤਾ ਨੀ ਮੈਨੂੰ ਮੈਂ ਤੇ ਕੰਮ ਤੇ ਗਈ ਤੂੰ ਤੇ ਵਸਾਲਾ ਨਹੀਂ ਖਾਂਦੀ ਮੈਂ ਵਸਾਲਾ ਨਹੀਂ ਖਾਂਦੀ ਮੈਨੂੰ ਨੀ ਪਤਾ ਮੈਨੂੰ ਨੀ ਪਤਾ ਕਿੱਥੇ ਚਲ ਗਿਆ ਨਾਲ ਤਿੰਨ ਜਣੇ ਮੁੰਡੇ ਉਹਦੇ ਨਾਲ ਆਪ ਧੋਇਆ ਗਏ ਤੇ ਉਹਦਾ ਨੀ ਪਤਾ ਮੈਨੂੰ ਕਿੱਥੇ ਛੱਡ ਆਏ ਆ ਕਿਹੜੇ ਮੈਨੂੰ ਨੀ ਪਤਾ ਕਿੱਥੇ ਛੱਡ ਆਏ ਨਾਲ ਸੁਮੀ ਦੀ ਤੇ ਨਾਲ ਕੁਟਾਈ ਮੈਂ ਇਹਨਾਂ ਨੂੰ ਰਾਤ ਦੀ ਕਹਿਣ ਨੀ ਮੇਰਾ ਮੁੰਡਾ ਲੱਭ ਕੇ ਲਿਆ ਦੋ ਮੇਰਾ ਮੁੰਡਾ ਲੱਭ ਕੇ ਲਿਆ ਦੋ ਫਿਰ ਕੱਲ ਦਾ 3 ਵਜੇ ਤੱਕ ਗਿਆ ਕਰੋ ਖੜੇ ਸਾਨੂੰ ਨੀ ਨਾ ਪਤਾ ਕਿੰਨੇ ਖੜੇ ਆ ਦੋ 3 ਵਜੇ ਤੱਕ ਗਿਆ ਕਰੋ ਰਾਤ ਘਰ ਨੀ ਆਇਆ ਸਾਰੀ ਬਾਕੀ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਚੁੱਕੇ ਆ ਕਿਉਂਕਿ ਅਸੀਂ ਬਾਅਦ ਚ ਰਿਪੋਰਟ ਤਦ ਕਰਨੀ ਵੀ 24 ਘੰਟੇ ਦੇ ਅੰਦਰ ਅੰਦਰ ਕਰ ਦਿੰਦੇ ਆ ਮੈਂ ਕੰਮ ਤੋਂ ਆਇਆ ਹੁਣ ਮੈਨੂੰ ਦੱਸਿਆ ਕਿਸੇ ਨੇ ਉੱਥੇ ਲਾਸ਼ ਕਿਸੇ ਦੀ ਪਈ ਆਣ ਕੇ ਵੇਖ ਲਓ ਇਹ ਜੀ ਇੱਕ ਸਾਹਿਲ ਪੁੱਤਰ ਜੀਤਾ ਵਾਸੀ ਵਾਲਮੀਕ ਮਹੱਲਾ ਦੀ ਡੈਡ ਬੋਡੀ ਮਿਲੀ ਹੈ ਸਾਨੂੰ ਮੇਨ ਰੋਡ ਆਪਣੇ ਦੁਰਗਾ ਲਾਗੇ ਤੇ ਇਹਦੇ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਹਾਲਾਤ ਵੇਖ ਕੇ ਜੋ ਵੀ ਇਹਦਾ ਬਣਦੀ ਕਾਰਵਾਈ ਉਹ ਕਰਾਂਗੇ ਦੇਖ ਰਹੇ ਹਾਂ ਇਹਦਾ ਪੋਸਟਮਾਰਟਮ ਕਰਾਵਾਂਗੇ ਪਤਾ ਲੱਗੇਗਾ ਕਿ ਹਾਲਾਤ ਨਾਲ ਜਿਹੜੀ ਹੈ ਮੌਤ ਹੋਈ ਹੈ ਅਜੇ ਕੁਛ ਨਹੀਂ ਅਜੇ ਤਾਂ ਇਨੀਸ਼ਲ ਅਜੇ ਆਈ ਹੈ ਤੁਹਾਡੇ ਸਾਹਮਣੇ ਦੇਖ ਕੇ ਜੋ ਵੀ ਬਣਦੀ ਉਹ ਕਾਰਵਾਈ ਕਰਾਂਗੇ ਕਰੋ ਕੱਲ ਦਾ ਗਿਆ 1:30 ਵਜੇ ਦਾ ਠੀਕ ਹੈ ਗਿਆ ਪਤਾ ਨੀ ਮੈਨੂੰ ਮੈਂ ਤੇ ਕੰਮ ਤੇ ਗਈ ਤੂੰ ਤੇ ਵਸਾਲਾ ਨਹੀਂ ਖਾਂਦੀ ਮੈਂ ਵਸਾਲਾ ਨਹੀਂ ਖਾਂਦੀ ਮੈਨੂੰ ਨੀ ਪਤਾ ਮੈਨੂੰ ਨੀ ਪਤਾ ਕਿੱਥੇ ਚਲ ਗਿਆ ਨਾਲ ਤਿੰਨ ਜਣੇ ਮੁੰਡੇ ਉਹਦੇ ਨਾਲ ਆਪ ਧੋਇਆ ਗਏ ਤੇ ਉਹਦਾ ਨੀ ਪਤਾ ਮੈਨੂੰ ਕਿੱਥੇ ਛੱਡ ਆਏ ਆ ਕਿਹੜੇ ਮੈਨੂੰ ਨੀ ਪਤਾ ਕਿੱਥੇ ਛੱਡ ਆਏ ਨਾਲ ਸੁਮੀ ਦੀ ਤੇ ਨਾਲ ਕੁਟਾਈ ਮੈਂ ਇਹਨਾਂ ਨੂੰ ਰਾਤ ਦੀ ਕਹਿਣ ਨੀ ਮੇਰਾ ਮੁੰਡਾ ਲੱਭ ਕੇ ਲਿਆ ਦੋ ਮੇਰਾ ਮੁੰਡਾ ਲੱਭ ਕੇ ਲਿਆ ਦੋ ਫਿਰ ਕੱਲ ਦਾ 3 ਵਜੇ ਤੱਕ ਗਿਆ ਕਰੋ ਖੜੇ ਸਾਨੂੰ ਨੀ ਨਾ ਪਤਾ ਕਿੰਨੇ ਖੜੇ ਆ ਦੋ 3 ਵਜੇ ਤੱਕ ਗਿਆ ਕਰੋ ਰਾਤ ਘਰ ਨੀ ਆਇਆ ਸਾਰੀ ਬਾਕੀ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਚੁੱਕੇ ਆ ਕਿਉਂਕਿ ਅਸੀਂ ਬਾਅਦ ਚ ਰਿਪੋਰਟ ਤਦ ਕਰਨੀ ਵੀ 24 ਘੰਟੇ ਦੇ ਅੰਦਰ ਅੰਦਰ ਕਰ ਦਿੰਦੇ ਆ ਘਰੋਂ ਤੇ 3 ਭੱਜੇ ਆ ਮੈਂ ਕੰਮ ਤੋਂ ਆਇਆ ਹੁਣ ਮੈਨੂੰ ਦੱਸਿਆ ਕਿਸੇ ਨੇ ਉੱਥੇ ਲਾਸ਼ ਕਿਸੇ ਦੀ ਪਈ ਆਣ ਕੇ ਵੇਖ ਲਓ ਇਹ ਜੀ ਇੱਕ ਸਾਹਿਲ ਪੁੱਤਰ ਜੀਤਾ ਵਾਸੀ ਵਾਲਮੀਕ ਮਹੱਲਾ ਦੀ ਡੈਡ ਬੋਡੀ ਮਿਲੀ ਹੈ ਸਾਨੂੰ ਮੇਨ ਰੋਡ ਆਪਣੇ ਦੁਰਗਾ ਲਾਗੇ ਤੇ ਇਹਦੇ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਹਾਲਾਤ ਵੇਖ ਕੇ ਜੋ ਵੀ ਇਹਦਾ ਬਣਦੀ ਕਾਰਵਾਈ ਉਹ ਕਰਾਂਗੇ ਦੇਖ ਰਹੇ ਹਾਂ ਇਹਦਾ ਪੋਸਟਮਾਰਟਮ ਕਰਾਵਾਂਗੇ ਪਤਾ ਲੱਗੇਗਾ ਕਿ ਹਾਲਾਤ ਨਾਲ ਜਿਹੜੀ ਹੈ ਮੌਤ ਹੋਈ ਹੈ ਅਜੇ ਕੁਛ ਨਹੀਂ ਅਜੇ ਤਾਂ ਇਨੀਸ਼ਲ ਅਜੇ ਆਈ ਹੈ ਤੁਹਾਡੇ ਸਾਹਮਣੇ ਦੇਖ ਕੇ ਜੋ ਵੀ ਬਣਦੀ ਉਹ ਕਾਰਵਾਈ ਕਰਾਂਗੇ